ਇੱਕ ਦਰਜਨ ਥਾਵਾਂ ਦੇ ਉੱਤੇ ਜਿਹੜੇ ਮੈਡੀਕਲ ਨਸ਼ੇ ਵਾਲੇ ਲੋਕ ਆ ਉਹਨਾਂ ਦੇ ਰੇਡਾਂ ਹੋਈਆਂ, ਜੀ ਔਰ ਉਹ ਰੇਡਾਂ ਜਿਹੜੀਆਂ ਹੋਈਆਂ ਉੱਥੇ ਕੀ ਦਿੰਦੇ ਡਰੱਗ ਇੰਸਪੈਕਟਰਾਂ ਦੀ ਅਤੇ ਜਿਹੜੀ ਆਪਸੀ ਮਿਲੀ ਭੁਗਤ ਆ ਉਹਨਾਂ 'ਤੇ ਰੇਡਾਂ ਹੋਈਆਂ। ਅਜੇ ਮੁਕੰਮਲ ਵੇਰਵੇ ਆਪਣੇ ਕੋਲ ਆਉਣੇ ਬਾਕੀ ਹੈ, ਲੇਕਿਨ ਮੈਂ ਤਾਰੀਫ ਕਰੂੰਗਾ ਭਗਵੰਤ ਮਾਨ ਦੀ ਇੱਕ ਗੱਲ ਤੋਂ ਕਿ ਐਤਕੀ ਐਸ ਟੀ ਐਫ ਦਾ ਜਿਹੜਾ ਚੀਫ ਲਾਇਆ ਨਾ ਜੀ, ਉਹ ਬੰਦਾ ਬੜਾ ਕਾਬਲੇ ਤਾਰੀਫ ਆ, ਉਹ ਸਮਝੌਤਾ ਨਹੀਂ ਕਰਦਾ ਕਿਸੇ ਗੱਲ 'ਤੇ। ਕਿਹੜਾ ਜੀ? ਨੀਲਾ ਭੁਗਤਸ਼ੋਰ, ਹਾਂ ਇੱਥੇ ਆਪਣੇ ਆਪਣੇ ਐਸ ਪੀ ਸੀ ਡੀ ਰਹਿ ਕੇ ਗਿਆ। ਇਲੈਕਸ਼ਨ ਕਮਿਸ਼ਨ ਨੇ ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਦੋ ਕਮਿਸ਼ਨਰ ਬਦਲੇ ਸੀ, ਜੀ ਕਮਿਸ਼ਨਰ ਪੁਲਿਸ ਜਲੰਧਰ ਅਤੇ ਲੁਧਿਆਣਾ ਅਤੇ ਲੁਧਿਆਣੇ ਦਾ ਕਮਿਸ਼ਨਰ ਨੀਲਾ ਭੁਗਤਸ਼ੋਰ ਨੂੰ ਲਾਇਆ ਸੀ, ਮੇਰਾ ਖਿਆਲ ਹੈ ਜੀ ਉਹੋ ਜਿਹਾ ਬੰਦਾ ਕਮਿਸ਼ਨਰ ਰਹਿ ਜੇ ਅਤੇ ਕੁਛ ਨਹੀਂ। ਜਿਹੜੀ ਪਿਛਲੀ ਇਲੈਕਸ਼ਨ ਹੋਈ ਸੀ ਮੇਰੇ ਖਿਆਲ 2017 ਵਾਲੀ, ਜੀ 2017 ਵਾਲੀ ਇਲੈਕਸ਼ਨ ਵਾਲੀ ਜਿਹੜੀ ਆਪਣੀ ਵਿਧਾਨ ਸਭਾ ਦੀ ਇਲੈਕਸ਼ਨ ਹੋਈ ਤਾਂ ਬਠਿੰਡੇ ਆਈ ਜੀ ਲਾਈ ਸੀ ਜੀ ਨੀਲਾ ਭੁਗਤਸ਼ੋਰ ਹੋਣੀ, ਅਤੇ ਉਦੋਂ ਤੁਸੀਂ ਦੇਖੋ ਵੀ ਕਹਿੰਦੇ ਕਹਾਉਂਦੇ ਨੂੰ ਕੰਧਾ ਨਾਲ ਲਾ ਰਿਹਾ ਸੀ। ਬਿਲਕੁਲ, ਉਹ ਜਿਹੜੇ ਇਹੋ ਜਿਹੇ ਅਫਸਰ ਜਿਹੜੇ ਡੈਡੀਕੇਟਡ ਹੈ, ਜਿਹੜੇ ਸਮਰਪਿਤ ਹੈ, ਜਿਹਨਾਂ ਨੂੰ ਡਰ ਭਾਉ ਕੋਈ ਗੱਲ ਹੀ ਨਹੀਂ, ਜਿਹੜਾ ਬੰਦਾ ਕਹਿੰਦਾ ਯਾਰ ਨਹੀਂ ਲਾਉਣਾ ਕੋਈ ਨਹੀਂ ਨਾਲ ਆਪਾਂ ਤਾਂ ਕੰਮ ਕਰੀਏ, ਆਪਾਂ ਆਪਦਾ ਕੰਮ ਕਰਨਾ ਹੈ। ਮਤਲਬ ਨੀਲਾ ਭੁਗਤਸ਼ੋਰ ਦੇ ਰੂਪ ਦੇ ਵਿੱਚ ਇੱਕ ਸਾਨੂੰ ਅਫਸਰ ਫੇਰ ਉਹ ਜਿਹਾ ਮਿਲ ਗਿਆ ਜਿਵੇਂ ਹਰਪ੍ਰੀਤ ਸਿੱਧੂ ਹੁੰਦਾ ਸੀ ਜੀ, ਤੇ ਅੱਜ ਇਹਨਾਂ ਨੇ ਮਤਲਬ ਜਿਹੜੀ ਅਸਲ ਥਾਂ ਨਾ ਉੱਥੇ ਹੱਥ ਪਾਇਆ। ਔਰ ਦਾਨੀਆਲੀ ਸਾਹਿਬ, ਮੈਂ ਕਿਸੇ ਪੁਲਿਸ ਅਫਸਰ ਨਾਲ ਗੱਲ ਕੀਤੀ, ਮੈਨੂੰ ਜਾਣਕਾਰੀ ਮਿਲ ਗਈ ਸੀ ਮੈਂ ਕੀ ਹੈ, ਉਹ ਕਹਿੰਦੇ ਜੀ ਛੱਡ ਦਿਓ ਗੱਲ, ਅਸੀਂ ਬਸ ਤੁਸੀਂ ਇਹ ਦੇਖੋ ਸਬੂਤ ਇਕੱਠੇ ਕਰੀਏ, ਨਹੀਂ ਤਾਂ ਬੜਾ ਕੁਛ ਹੋਣ ਵਾਲਾ। ਇਹ ਚਲੋ ਸਰ, ਜਿਵੇਂ ਤੁਸੀਂ ਗੱਲ ਕੀਤੀ ਕਿ ਜਿਵੇਂ ਪੁਲਿਸ ਅਫਸਰਾਂ ਦੀ ਮੈਨੂੰ ਜਾਣਕਾਰੀ ਹੈ ਵੀ ਆ ਜਾਓ ਮੈਂ ਦੱਸਦਾ, ਜਿਵੇਂ ਆਪਾਂ ਸਵਿਮਿੰਗ ਪੂਲਾਂ ਦੀ ਗੱਲ ਕੀਤੀ, ਹੋਰ ਕੀਤੀ, ਹੈਰਾਨੀ ਦੀ ਗੱਲ ਹੈ ਵੀ ਉਹਨਾਂ ਪੁਲਿਸ ਰਿਟਾਇਰਡ ਪੁਲਿਸ ਅਧਿਕਾਰੀਆਂ ਦੇ ਕਿੱਥੇ ਆਈ ਡੀ ਆਉਂਦਾ ਅਫਸਰ ਆਉਂਦਾ, ਉਹ ਕਹਿੰਦਾ ਮੈਂ ਉਹਦੀ ਇੰਟਰੋਗੇਸ਼ਨ ਖੁਦ ਕਰਨੀ ਹੈ, ਉਹਦੀ ਬਦਲੀ ਹੋ ਜਾਂਦੀ ਆ। ਫਿਰ ਦੇਖੋ ਜੀ, ਪਤਾ ਚੱਲਿਆ ਪਿੱਛੇ ਜੇ ਇੱਕ ਮਸਾਜ ਪਾਰਲਰ, ਉਹ ਵੀ ਕਹਿੰਦੇ ਵੀ ਖਬਰਾਂ ਰੁਕਵਾਓ, ਕਿਹਦਾ ਜੀ ਆ ਕਿ ਵੱਡੇ ਅਫਸਰ ਦਾ ਨਾਲ ਵਿੱਚ ਹਿੱਸੇਦਾਰੀ ਹੈ, ਹੋਟਲ ਕਿਰਾਏ ਤੇ ਲਏ ਗਏ ਆ, ਗਾਂ ਉਹਨਾਂ ਨੂੰ ਕਿਸ ਕੰਮ ਲਈ ਵਰਤਿਆ ਜਾ ਰਿਹਾ, ਨਸ਼ੇ ਦੀ ਸਪਲਾਈ, ਚੋਰੀਆਂ ਦੇ ਗੈਂਗ, ਕਿਸ ਕੰਮ ਕਰਦੇ ਉੱਥੇ ਚਕਲੇਬਾਜੀ ਚੱਲਦੀ, ਚਕਲੇਬਾਜੀ ਚੱਲਦੀ, ਹੋਟਲਾਂ 'ਚ ਚਕਲੇਬਾਜੀ ਚੱਲਦੀ ਜੀ, ਕਹਿੰਦੇ ਚੋਰਾਂ ਦੇ ਗੈਂਗ ਨੂੰ ਲੀਡ ਕਰ ਰਹੇ ਨੇ ਸਾਬਕਾ ਪੁਲਿਸ ਅਧਿਕਾਰੀ। ਹਾਂ ਹਾਂ, ਫਿਰ ਉਹ ਆਹੀ ਆਹੀ ਵੇਖਣ ਵਾਲੀ ਤਾਂ ਆਹੀ ਚੀਜ਼ ਹੈ ਹਾਂ, ਕਿ ਲਾ ਐਂਡ ਆਰਡਰ ਦੀ ਜਿਹੜੀ ਜਿਹੜੀ ਵਿਗੜ ਰਹੀ ਹਾਲਤ ਹੈ, ਕੌਣ ਹੈ ਜਿਵੇਂ ਵਰਕੇ, ਜਿਹਦੀ ਦੁੱਖ ਦੀ ਰਾਗ ਹੈ ਉੱਥੇ ਦਵਾਈ ਤਾਂ ਉੱਥੇ ਲਾਉਣ ਦੀ ਲੋੜ, ਉੱਥੇ ਲਾਉਣ ਦੀ ਲੋੜ, ਉੱਥੇ ਕੋਈ ਦਵਾਈ ਨਹੀਂ ਲਾਉਂਦਾ, ਤੇ ਜਾ ਕੇ ਮਿਲ ਗਰੀਬ ਲੋਕਾਂ ਦੇ ਕੀ ਜਾਂਦੇ ਬਣ ਜਾਂਦੇ ਬੀੜ ਤਲਾਚ ਬਣ, ਉਹਨਾਂ ਦੇ ਵਿਚਾਰੇ ਰਜਾਈ ਕੇ ਦੱਲੇ, ਹੁਣ ਸਿਆਲ ਆਉਣ ਵਾਲੇ ਰਜਾਈ ਕੇ ਦੱਲੇ ਪਾੜ ਤੇ, ਬਿਲਕੁਲ ਬਿਲਕੁਲ, ਹੈ ਨੀ, ਉਹ ਫਿਰ ਨਾ ਗੰਦੇ ਪਾਉਂਦੀਆਂ ਫਿਰਨੀਆਂ ਬੁੜੀਆਂ। ਸੋ ਪ੍ਰੋਗਰਾਮ ਸ਼ਮਾਤਾਨ ਦੇ ਵਿੱਚ ਫਿਰ